ਤਾਂ ਦੱਸ ਦਈਏ ਕਿ ਸੜਕ ਕਿਨਾਰੇ ਇੱਕ ਕੱਚੇ ਤੇਲ ਦਾ ਟੈਂਕਰ ਪਲਟ ਗਿਆ, ਜਿਸ ਕਾਰਨ ਇਸ ਦੇ ਵਿੱਚ ਸਵਾਰ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਚਾਲਕ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਤੀਸਰੇ ਸ਼ਖਸ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕੱਚੇ ਤੇਲ ਦੇ ਨਾਲ ਭਰਿਆ ਇੱਕ ਟੈਂਕਰ ਸੜਕ ਦੇ ਕਿਨਾਰੇ ਪਲਟਿਆ ਅਤੇ ਹਾਦਸੇ ਦੇ ਵਿੱਚ ਚਾਲਕ ਦੀ ਜਾਨ ਹੈ ਜਿਹੜੀ ਉਹ ਬਾਲ ਬਾਲ ਬਚਦੀ ਹੈ, ਜਦਕਿ ਇੱਕ ਸ਼ਖਸ ਦੀ ਲਾਸ਼ ਨੂੰ ਆ ਜਿਹੜਾ ਉਹ ਬਾਹਰ ਕੱਢਿਆ ਗਿਆ, ਕਿਉਂਕਿ ਇਹ ਇੰਨਾ ਭਿਆਨਕ ਹਾਦਸਾ ਸੀ ਜਿਸ ਕਾਰਨ ਟੈਂਕਰ ਦਾ ਕੈਬਿਨ ਬੁਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਦੂਸਰੇ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਮੌਕੇ 'ਤੇ ਕਰੇਨ ਪਹੁੰਚ ਚੁੱਕੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੇ ਪੇੜ ਵੀ ਟੁੱਟ ਗਏ ਅਤੇ ਟੈਂਕਰ ਦਾ ਕੈਬਿਨ ਸੀ ਉਹ ਬੁਰੀ ਤਰੀਕੇ ਦੇ ਨਾਲ ਭਿਚਕ ਜਾਂਦਾ ਅਤੇ ਕੈਬਿਨ ਦੇ ਵਿੱਚ ਫਸੇ ਦੋਨਾਂ ਲੋਕਾਂ ਨੂੰ ਦੇਖਣਾ ਕਾਫੀ ਮੁਸ਼ਕਿਲ ਹੋ ਚੁੱਕਿਆ ਸੀ, ਜਿਸ ਦੇ ਵਿੱਚੋਂ ਇੱਕ ਦੀ ਲਾਸ਼ ਹੈ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ, ਜਦਕਿ ਦੂਸਰੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਤਾਂ ਦੱਸ ਦਈਏ ਕਿ ਮਾਮਲਾ ਫਤਿਹਾਬਾਦ ਦਾ, ਜਿੱਥੇ ਚਾਲਕ ਟੈਂਕਰ ਦੇ ਵਿੱਚ ਕੱਚਾ ਤੇਲ ਲੈ ਕੇ ਪੰਜਾਬ ਦੀ ਬਠਿੰਡਾ ਰਿਫਾਇਨਰੀ ਦੇ ਲਈ ਨਿਕਲ ਰਿਹਾ ਸੀ। ਤਾਂ ਜਦ ਇਹ ਫਤਿਹਾਬਾਦ ਦੇ ਕੋਲ ਪਹੁੰਚਦਾ ਹੈ ਤਾਂ ਟੈਂਕਰ ਅਚਾਨਕ ਆਪਣਾ ਸੰਤੁਲਨ ਖੋ ਦਿੰਦਾ ਹੈ ਅਤੇ ਸੜਕ ਦੇ ਨੀਚੇ ਜਾ ਕੇ ਇਹ ਪਲਟ ਜਾਂਦਾ ਹੈ। ਤਾਂ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਅਤੇ ਕਿਸੇ ਤਰੀਕੇ ਦੇ ਨਾਲ ਪੇੜ ਦੀਆਂ ਟਾਹਣੀਆਂ ਕੱਟ ਕੇ ਉਸਦੇ ਚਾਲਕ ਨੂੰ ਬਾਹਰ ਕੱਢਿਆ ਜਾਂਦਾ ਹੈ, ਜਿਸ ਤੋਂ ਬਾਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਮਾਲਕ ਆ ਉਹ ਇੱਕ ਬੰਦਾ ਬਤਾ ਰਿਹਾ ਹੈ, ਜਹਾਂ ਸੇ ਮੇਰਾ ਟਰੱਕ ਨਿਕਲਾ ਮੈਨੇ ਦੋ ਜਣੋਂ ਕੋ ਭੇਜਾ ਟੋਟਲ। ਅੱਛਾ, ਤੋ ਇਹ ਪਤਾ ਚਲਾ ਡਰਾਈਵਰ ਕਹਾਂ ਸੇ ਹੈ? ਇਹ ਉਧਰ ਮਥੁਰਾ ਸਾਈਡ ਸੇ ਹੀ ਹੈ। ਮਥੁਰਾ ਸਾਈਡ ਕਹਾਂ ਸੇ ਕੈਸੇ ਹੋ ਪਤਾ ਲਗਾ ਕੋਈ? ਆਸਾ ਕੁਦਰਤ ਵਗੈਰਾ ਬੋਲ ਰਿਹਾ ਕਰ ਰੱਖੀ ਹੈ। ਅੱਛਾ, ਔਰ ਕਿਸ ਚੀਜ਼ ਸੇ ਟਕਰਾਇਆ ਜਾਂ ਵੈਸੇ ਦਾ ਬੈਲੈਂਸ ਵਿਗੜਿਆ? ਬੈਲੈਂਸ ਹੀ ਵਿਗੜਾ ਹੋਗਾ। ਇਹ ਕਿਸ ਕਰੀ ਸਾਹਿਬ ਉਸੇ ਟਰੱਕ ਨਿਕਲ ਕੇ ਆਇਆ ਕੱਲੇ ਮੇ ਗਿਆ ਕਹਾਂ ਜਾ ਰਹਾ ਥਾ ਪਤਾ ਚੱਲ ਅੱਗੇ ਆਗੇ ਮੁਝੇ ਤਾਂ ਪਤਾ ਨਹੀਂ ਹੈ ਅਭੀ ਤੋ ਕੋਈ ਬਾਤ ਕਰਨ ਪਤਾ ਲੱਗਾ। ਇਹ ਯੂਵਕ ਹੈ, ਇਹਨੇ ਜੋ ਹੈ ਜੋ ਚਾਲਕ ਕੋ ਬਾਹਰ ਨਿਕਾਲਾ ਥਾ ਔਰ ਚਾਲਕ ਕੋ ਬਾਹਰ ਨਿਕਾਲ ਕਰ ਜੋ ਹੈ ਉਸੇ ਐਂਬੂਲੈਂਸ ਨੇ ਦੇਣਾ ਥਾ। ਇਹ ਬਤਾ ਰਹੇ ਕਿ ਜੋ ਤਾਂ ਦੱਸ ਦਈਏ ਕਿ ਸੜਕ ਕਿਨਾਰੇ ਇੱਕ ਕੱਚੇ ਤੇਲ ਦਾ ਟੈਂਕਰ ਪਲਟ ਗਿਆ, ਜਿਸ ਕਾਰਨ ਇਸ ਦੇ ਵਿੱਚ ਸਵਾਰ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਚਾਲਕ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਤੀਸਰੇ ਸ਼ਖਸ ਨੂੰ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਕੱਚੇ ਤੇਲ ਦੇ ਨਾਲ ਭਰਿਆ ਇੱਕ ਟੈਂਕਰ ਸੜਕ ਦੇ ਕਿਨਾਰੇ ਪਲਟਿਆ ਅਤੇ ਹਾਦਸੇ ਦੇ ਵਿੱਚ ਚਾਲਕ ਦੀ ਜਾਨ ਹੈ ਜਿਹੜੀ ਉਹ ਬਾਲ ਬਾਲ ਬਚਦੀ ਹੈ, ਜਦਕਿ ਇੱਕ ਸ਼ਖਸ ਦੀ ਲਾਸ਼ ਨੂੰ ਆ ਜਿਹੜਾ ਉਹ ਬਾਹਰ ਕੱਢਿਆ ਗਿਆ, ਕਿਉਂਕਿ ਇਹ ਇੰਨਾ ਭਿਆਨਕ ਹਾਦਸਾ ਸੀ ਜਿਸ ਕਾਰਨ ਟੈਂਕਰ ਦਾ ਕੈਬਿਨ ਬੁਰੀ ਤਰੀਕੇ ਦੇ ਨਾਲ ਪਿਚਕ ਜਾਂਦਾ ਹੈ, ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜਦਕਿ ਦੂਸਰੇ ਦੀ ਹਾਲੇ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਮੌਕੇ 'ਤੇ ਕਰੇਨ ਪਹੁੰਚ ਚੁੱਕੀ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੈਸਕਿਊ ਕਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸੜਕ ਕਿਨਾਰੇ ਲੱਗੇ ਪੇੜ ਵੀ ਟੁੱਟ ਗਏ ਅਤੇ ਟੈਂਕਰ ਦਾ ਕੈਬਿਨ ਸੀ ਉਹ ਬੁਰੀ ਤਰੀਕੇ ਦੇ ਨਾਲ ਭਿਚਕ ਜਾਂਦਾ ਅਤੇ ਕੈਬਿਨ ਦੇ ਵਿੱਚ ਫਸੇ ਦੋਨਾਂ ਲੋਕਾਂ ਨੂੰ ਦੇਖਣਾ ਕਾਫੀ ਮੁਸ਼ਕਿਲ ਹੋ ਚੁੱਕਿਆ ਸੀ, ਜਿਸ ਦੇ ਵਿੱਚੋਂ ਇੱਕ ਦੀ ਲਾਸ਼ ਹੈ ਜਿਹੜੀ ਉਹ ਬਰਾਮਦ ਕਰ ਲਈ ਗਈ ਹੈ, ਜਦਕਿ ਦੂਸਰੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। ਤਾਂ ਦੱਸ ਦਈਏ ਕਿ ਮਾਮਲਾ ਫਤਿਹਾਬਾਦ ਦਾ, ਜਿੱਥੇ ਚਾਲਕ ਟੈਂਕਰ ਦੇ ਵਿੱਚ ਕੱਚਾ ਤੇਲ ਲੈ ਕੇ ਪੰਜਾਬ ਦੀ ਬਠਿੰਡਾ ਰਿਫਾਇਨਰੀ ਦੇ ਲਈ ਨਿਕਲ ਰਿਹਾ ਸੀ। ਤਾਂ ਜਦ ਇਹ ਫਤਿਹਾਬਾਦ ਦੇ ਕੋਲ ਪਹੁੰਚਦਾ ਹੈ ਤਾਂ ਟੈਂਕਰ ਅਚਾਨਕ ਆਪਣਾ ਸੰਤੁਲਨ ਖੋ ਦਿੰਦਾ ਹੈ ਅਤੇ ਸੜਕ ਦੇ ਨੀਚੇ ਜਾ ਕੇ ਇਹ ਪਲਟ ਜਾਂਦਾ ਹੈ। ਤਾਂ ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚਦੀ ਹੈ ਅਤੇ ਕਿਸੇ ਤਰੀਕੇ ਦੇ ਨਾਲ ਪੇੜ ਦੀਆਂ ਟਾਹਣੀਆਂ ਕੱਟ ਕੇ ਉਸਦੇ ਚਾਲਕ ਨੂੰ ਬਾਹਰ ਕੱਢਿਆ ਜਾਂਦਾ ਹੈ।
ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਤੋ ਯੇ ਪਤਾ ਚਲਾ ਡਰਾਈਵਰ ਕਹਾਂ ਸੇ ਹੈ? ਯੇ ਉਧਰ ਮਥੁਰਾ ਸਾਈਡ ਸੇ ਹੀ ਹੈ। ਮਥੁਰਾ ਸਾਈਡ ਕਹਾਂ ਕੈਸੇ ਹੋ ਪਤਾ ਲਗਾ ਕੋਈ? ਆਸਾ ਕੁਦਰਤ ਵਗੈਰਾ ਬੋਲ ਰਿਹਾ ਕਰ ਰੱਖੀ ਹੈ। ਅੱਛਾ, ਔਰ ਕਿਸ ਚੀਜ਼ ਸੇ ਟਕਰਾਇਆ ਜਾਂ ਵੈਸੇ ਤਾਂ ਬੈਲੈਂਸ ਵਿਗੜਿਆ? ਬੈਲੈਂਸ ਹੀ ਵਿਗੜਾ ਹੋਗਾ। ਇੱਕ ਕਿੱਕਰੀ ਸਾਹਿਬ ਉਸੇ ਟਰੱਕ ਨਿਕਲ ਗਿਆ, ਥੱਲੇ ਮੇ ਗਿਆ। ਕਹਾਂ ਜਾ ਰਿਹਾ ਸਾਹਿਬ ਪਤਾ ਚੱਲ? ਅੱਗੇ ਅੱਗੇ ਮੁਝੇ ਤਾਂ ਪਤਾ ਨਹੀਂ ਹੈ, ਅਭੀ ਤੋ ਕੋਈ ਬਾਤ ਕਰਨ ਪਤਾ ਲੱਗਾ। ਯੇ ਯੂਥ ਹੈ, ਇਹਨਾਂ ਜੋ ਹੈ ਚਾਲਕ ਕੋ ਬਾਹਰ ਨਿਕਾਲਾ ਥਾ, ਔਰ ਚਾਲਕ ਕੋ ਬਾਹਰ ਨਿਕਾਲ ਕਰ ਜੋ ਹੈ ਉਸੇ ਐਂਬੂਲੈਂਸ ਮੇਂ ਦੇਣਾ ਥਾ। ਯੇ ਬਤਾ ਰਹੇ ਕਿ ਜੋ